ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਕਤਲ ਦੇ ਆਰੋਪ ਚ ਕਰੀਬ 6 ਸਾਲ ਸ਼ਾਹਰਜ਼ਾ ਦੀ ਜੇਲ੍ਹ ਚ ਕੱਟਣ ਤੋਂ ਬਾਅਦ ਆਖਿਰਕਾਰ ਦਲਵਿੰਦਰ ਸਿੰਘ ਆਪਣੇ ਘਰ ਵਾਪਸ ਆ ਗਿਆ ਏ। ਹੁਸ਼ਿਆਰਪੁਰ ਤੇ ਹਲਕਾ ਮਾਹਲਪੁਰ ਦੇ ਰਹਿਣ ਵਾਲੇ ਦਲਵਿੰਦਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਰੋਜ਼ੀ ਰੋਟੀ ਕਮਾਉਣ ਵਾਸਤੇ UAE ਗਿਆ ਸੀ, ਜਿੱਥੇ ਕੁਝ ਲੋਕਾਂ ਨਾਲ ਹੋਏ ਝਗੜੇ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਨਾਲ 4 ਹੋਰ ਨੌਜਵਾਨਾਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਚ ਸੁੱਟ ਦਿੱਤਾ। 1 ਸਾਲ ਜੇਲ੍ਹ ਚ ਰਹਿਣ ਤੋਂ ਬਾਅਦ ਉਹਨਾਂ ਨੂੰ ਜਦੋਂ ਇਹ ਪਤਾ ਚੱਲਿਆ ਕਿ ਉਹਨਾਂ ਸਿਰ ਕਿਸੇ ਦੇ ਕਤਲ ਦਾ ਕੇਸ ਪਾ ਦਿੱਤਾ ਗਿਆ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਉਹਨਾਂ ਨੇ ਦੱਸਿਆ ਕਿ ਇਹ ਸਭ ਕੁਝ ਪਤਾ ਲੱਗਣ ਤੋਂ ਬਾਅਦ ਉਹਨਾਂ ਦੇ ਸਾਰੇ ਸੁਪਨਿਆਂ ਤੇ ਪਾਣੀ ਫਿਰ ਗਿਆ ਅਤੇ ਉਸ ਦੀ ਵਾਪਸ ਪੰਜਾਬ ਆਉਣ ਦੀ ਸਾਰੀ ਉਮੀਦ ਹੀ ਖਤਮ ਹੋ ਗਈ ਸੀ। ਪਰ ਉਬਰਾਏ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉਹ ਆਪਣੇ ਪਰਿਵਾਰ 'ਚ ਵਾਪਸ ਆ ਗਿਆ ਹੈ। 2009 ਦੇ ਵਿੱਚ ਮੈਂ ਬਾਹਰ ਗਿਆ ਸੀ ਜੀ। 2011 ਦੇ ਵਿੱਚ ਜੀ ਇਹ ਸਾਡੇ ਕੰਪਨੀ ਦੇ ਵਿੱਚ ਸਾਡੇ ਰੂਮ ਦੇ ਵਿੱਚ ਲਫੜਾ ਹੋਇਆ ਜੀ ਅਤੇ ਉੱਥੇ ਬੰਦੇ ਇੱਕ ਦੀ ਡੈਥ ਹੋ ਗਈ ਸੀ ਜੀ। ਅਸੀਂ ਖਲੋਤੇ ਸੀ, ਦੇਖ ਰਹੇ ਸੀ ਜੀ, ਯਾਨੀ ਕਿ ਦੇਖਣ ਦੇ ਵਿੱਚ ਹੀ ਫਸ ਗਏ ਜੀ ਅਸੀਂ। ਕੇਸ ਸਾਨੂੰ ਜੀ ਪਹਿਲਾਂ ਤਾਂ ਪਤਾ ਨਹੀਂ ਸੀ ਕੇਸ ਦਾ ਜੀ, ਫਿਰ ਮਦੀਰੀਆ ਗਏ ਜੀ, ਉੱਥੇ ਜਿਹੜਾ ਉਹਨਾਂ ਦਾ ਆਫਿਸ ਆ CID ਆਫਿਸ ਦੇ ਵਿੱਚ ਲੈ ਕੇ ਗਏ ਆ ਜੀ। ਉੱਥੇ ਨੂੰ ਸਾਨੂੰ ਕੁੱਟਿਆ ਮਾਰਿਆ ਸੀਗਾ, ਸਾਨੂੰ ਨਹੀਂ ਪਤਾ। ਥੋੜ੍ਹੇ ਦਿਨਾਂ ਬਾਅਦ ਸਾਨੂੰ ਸੈਂਟਰ ਜੇਲ੍ਹ ਪਾ ਦਿੱਤਾ ਜੀ। ਸੈਂਟਰ ਜੇਲ੍ਹ ਪਾ ਦਿੱਤਾ ਜੀ, ਸੈਂਟਰ ਜੇਲ੍ਹ ਦੇ ਵਿੱਚ 1 ਸਾਲ ਦੇ ਬਾਅਦ ਜਾ ਕੇ ਜੀ ਸਾਨੂੰ ਪਤਾ ਲੱਗਾ ਸਾਡੇ 'ਤੇ ਕਤਲ ਕੇਸ ਆ ਜੀ। ਸਾਨੂੰ ਪਹਿਲਾਂ ਇਹ ਸੀ ਸਾਡੇ ਕੋਲ ਦਾਰੂ ਦਾ ਕੇਸ ਆ, ਪੀਣ ਦਾ ਜਾਂ ਕੋਲ ਫੜੀ ਗਈ ਆ ਦਾਰੂ ਇਸ ਵਾਸਤੇ, ਅਤੇ ਜੀ ਉੱਥੇ ਅਨਲੀਗਲ ਆ ਨਾ ਜੀ ਦਾਰੂ ਪੀਣਾ, ਅਤੇ ਉੱਥੇ ਉਹ ਤੋਂ ਬਾਅਦ ਵਿੱਚ ਕਤਲ ਕੇਸ ਦਾ ਪਤਾ ਲੱਗਾ ਜੀ। ਫਿਰ ਅਸੀਂ ਘਰਦਿਆਂ ਨੂੰ ਦੱਸਿਆ ਸਾਡੇ 'ਤੇ ਕਤਲ ਹੋ ਗਿਆ, ਯਾਨੀ ਕਿ ਕਤਲ ਕੇਸ ਪੈ ਗਿਆ ਸਾਡੇ 'ਤੇ। ਫਿਰ ਉਸ ਤੋਂ ਬਾਅਦ ਜੀ ਕਰਦੇ 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 6.5 ਸਾਲ ਗੁਜ਼ਰ ਗਏ ਜੀ। ਫਿਰ 2017 ਦੇ ਵਿੱਚ ਜੀ SP ਸਿੰਘ ਵਰਾਏ ਜੀ ਨੇ ਸਾਡੇ ਜੀ ਉੱਥੇ ਪੇਪਰ ਕੰਪਰੋਮਾਈਜ਼ 'ਤੇ ਜਮ੍ਹਾਂ ਕਰਾਏ ਜੀ। ਉਹਨਾਂ ਨੇ 5 ਲੱਖ ਰੁਪਈਆ ਦਿੱਤਾ, ਵਿੱਚ ਬਾਕੀ ਪੈਸੇ ਸਾਡੇ ਘਰਦਿਆਂ ਨੇ ਦਿੱਤੇ ਜੀ, ਇਕੱਠੇ ਕਰਕੇ ਸਾਰੇ ਪੰਜਾਬ ਵਾਲੇ। ਉੱਥੇ ਆਉਂਦੇ ਆ ਜੀ ਹਰ ਬੁੱਧਵਾਰ ਅੰਬੈਸੀ ਵਾਲੇ ਮਿਲਣ ਵਾਸਤੇ। ਉਹ ਆਉਂਦੇ ਆ ਜੀ, ਜਿਹਨਾਂ ਕੋਲ ਪੈਸਾ ਆਇਆ ਉਹਨਾਂ ਨੂੰ ਮਿਲ ਕੇ ਚਲੇ ਜਾਂਦੇ ਆ। ਬਰਾਡ ਮਨੀ ਜੀ 20 ਲੱਖ ਰੁਪਈਆ ਦਿੱਤੀ ਹੈ ਟੋਟਲ, 5 ਲੱਖ ਰੁਪਈਆ SP ਸਿੰਘ ਬਰਾਏ ਨੇ ਦਿੱਤਾ ਜੀ, ਬਾਕੀ 15 ਲੱਖ ਰੁਪਈਆ ਅਸੀਂ ਸਾਰੇ ਬੰਦਿਆਂ ਨੇ ਇਕੱਠਾ ਕੀਤਾ ਜੀ। ਬਾਕੀ ਪੇਪਰਾਂ 'ਤੇ ਵੀ ਬਹੁਤ ਪੈਸੇ ਲੱਗੇ ਆ ਜੀ, ਪੇਪਰਾਂ 'ਤੇ ਵੀ ਯਾਨੀ ਕਿ 5-5, 6-6 ਲੱਖ ਰੁਪਏ ਦੇ ਕਰੀਬ, ਯਾਨੀ ਕਿ ਸਾਰੇ ਬੰਦਿਆਂ ਦਾ ਖਰਚਾ ਆ ਗਿਆ ਜੀ। ਉਧਰ ਕਾਫੀ ਸਾਲ ਬਾਅਦ ਵਾਪਸ ਘਰ ਪਰਤਣ ਤੋਂ ਬਾਅਦ ਦਲਵਿੰਦਰ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦੀ ਤਾਂ ਆਪਣੇ ਲੜਕੇ ਨੂੰ ਮਿਲਣ ਦੀ ਆਸ ਹੀ ਟੁੱਟ ਗਈ ਸੀ। ਬਹੁਤ ਔਖੇ ਕੱਟੇ ਆ, ਇੱਕ ਇੱਕ ਪਲ ਔਖਾ ਕੱਟਿਆ, ਮੈਥੋਂ ਤਾਂ ਗੱਲ ਵੀ ਨਹੀਂ ਹੁੰਦੀ ਹੈਗੀ ਹਜੇ ਵੀ। ਬਸ ਮੈਂ ਤਾਂ ਜਿੱਦਣ ਔਡਰ ਹੋਏ ਸੀਗੇ ਰਿਹਾਈ ਦੇ, ਇਹਨਾਂ ਦੇ ਭਾਅ ਜੀ ਹੁਣੀ ਆਏ, ਮੈਂ ਤਾਂ ਇਹ ਕਹਿੰਦੇ ਲੱਡੂ ਰੱਖੋ ਤੁਸੀਂ ਮੂਹਰੇ। ਮੈਂ ਤਾਂ ਉੱਦਣ ਵੀ ਇਹਨਾਂ ਨੂੰ ਇਹੀ ਕਹਿੰਦੀ ਸੀ, ਮੈਂ ਕਿਹਾ ਭਾਅ ਜੀ ਜਦ ਤੱਕ ਮੈਨੂੰ ਤਸੱਲੀ ਨਹੀਂ ਹੁੰਦੀ ਇਸ ਗੱਲ ਦੀ ਕਿ ਮੇਰਾ ਬੱਚਾ ਛੁੱਟ ਕੇ ਆ ਜਾਊਗਾ, ਮੈਂ ਉਦ ਤੱਕ ਕੁਛ ਨਹੀਂ ਕਰਨਾ। ਉਹ ਸਾਡੇ ਵਾਸਤੇ ਰੱਬ ਰੂਪ ਹੈ, ਉਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ, ਉਹਨਾਂ ਨੇ ਸਾਡੇ ਕਾਗਜ਼ ਬੇਟੇ ਦੇ ਜਿੱਦਾਂ ਜੋ ਵੀ ਤਿਆਰ ਕਰਨੇ ਸੀ ਉਹਨਾਂ ਨੇ ਸਾਨੂੰ ਸਾਰਾ ਕੁਛ ਦੱਸਿਆ ਵੀ ਇੱਦਾਂ ਦਾ ਕਰੋ, ਤੁਸੀਂ ਆਹ ਚੀਜ਼ਾਂ ਬਣਾਓ ਕਰੋ, ਅਤੇ ਉਸ ਤਰ੍ਹਾਂ ਦੇ ਨਾਲ ਉਹ ਸਾਡੇ ਨਾਲ UP 'ਚ ਬਿਹਾਰ 'ਚ ਜਿੱਥੇ ਬਣਾਉਣੇ ਸੀ ਕਾਗਜ਼ ਉੱਥੇ ਵੀ ਗਏ, ਜਾ ਕੇ ਉੱਥੇ ਦੇ ਹਾਲਾਤ ਇੰਨੇ ਖਰਾਬ ਹੈ ਨਾ ਇਹ ਦੱਸਦੇ ਸੀਗੇ, ਕਹਿੰਦੇ ਇੱਕ ਪੱਖਾ ਵੀ ਉੱਥੇ ਹੈ ਨਹੀਂ ਸੀਗਾ। ਐਡਾ ਵੱਡਾ ਅਫਸਰ ਸਾਡੇ ਨਾਲ ਉੱਥੇ ਵੀ ਪਹੁੰਚਿਆ, SP ਵਰਾਏ ਦਾ ਅਸੀਂ ਦੇਣ ਨਹੀਂ ਦੇ ਸਕਦੇ, ਉਹਦਾ ਬਹੁਤ ਬਹੁਤ ਧੰਨਵਾਦ। ਦੱਸ ਦਈਏ ਕਿ ਓਬਰਾਏ 17 ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਦੇ ਸਿਲਸਿਲੇ 'ਚ ਪਹਿਲਾਂ ਵੀ ਸੁਰਖੀਆਂ 'ਚ ਰਹਿ ਚੁੱਕੇ ਨੇ। ਹੁਸ਼ਿਆਰਪੁਰ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ ਸਪੈਸ਼ਲ ਸਟੋਰੀਜ਼ ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।